हाँ जी भाई जी, सत श्रीकाल। सत श्रीकाल जी, की नाम है जी अपना? अपना नाम बलकरण सिंह है जी, पिंड सगलदी जी, बठिंडा रामा मंडी कोले पिंड आई अपना जी। जी जी, ते की कहना चाहना जी भाई जी? अपने ये मज नु इन्फेक्शन हो गई सीगी। अच्छा जी, मान लो 2 साल हो गए सीगी, ये सही नहीं हुई जी। जी, सारे डॉक्टर तो ही ट्राई कर लिया सीगा जी, ते किसी तो मान लो हिसाब च गल आई नहीं जी। जी, अजे तक कट्टे वाले फड़ा उन्होंने तैयार हो गई सी, बिल्कुल ही खराब सीगी जमा जी। जदों तो मान लो भी गर्मी सिंह डॉक्टर वाला कांटेक्ट होया जी जी, उन्होंने बहुत वधिया ट्रीटमेंट कीता इहनां दा जी जी जी। हुण इह 3 महीने दी गभण है जी जी जी। हां जी, ਤੇ ਸੋਨੂੰ ਕਿਵੇਂ ਲੱਗਿਆ ਟ੍ਰੀਟਮੈਂਟ ਜੀ? ਬਹੁਤ ਵਧੀਆ ਲੱਗਿਆ ਜੀ। ਅੱਛਾ ਜੀ, ਆਪਣੇ ਹੋਰ ਵੀ ਪਸ਼ੂ ਮੱਲ ਆਈ, ਆਪਣੇ ਗਾਵਾਂ ਸਾਰੇ ਗੱਭਣੇ ਜੀ, ਇਧਰ ਦਿਖਾ ਦਿਓ ਜੀ। ਜੀ, ਸਾਰੇ ਪਸ਼ੂ ਮੱਲ ਬਹੁਤ ਵਧੀਆ ਟ੍ਰੀਟਮੈਂਟ ਕੀਤਾ, ਸਾਰੇ ਪਸ਼ੂਆਂ ਇਧਰ ਮੱਝਾਂ ਖੜ ਗਈਆਂ ਜੀ। ਜੀ ਜੀ, ਸਾਰੇ ਗੱਭਣੇ ਜੀ ਜੀ ਜੀ। ਤੇ ਸੀਮਨ ਪੱਖੋਂ ਸੋਨੂੰ ਕਿਵੇਂ ਲੱਗਿਆ ਵੀ ਜਿਹੜਾ ਸੀਮਨ ਲਾਇਆ ਜੀ? ਬਹੁਤ ਵਧੀਆ ਸੀਮਨ ਹੈ ਜੀ, ਠੀਕ ਹੈ ਜੀ। ਜੀ ਜੀ ਜੀ, ਹਾਂਜੀ ਠੀਕ ਹੈ ਜੀ। ਤੇ ਮਤਲਬ ਖੁਸ਼ ਹੋ ਤੁਸੀਂ ਹੁਣ ਆਪਣੇ ਪਸ਼ੂਆਂ ਪ੍ਰਤੀ? ਹਾਂਜੀ ਹਾਂਜੀ, ਬਹੁਤ ਵਧੀਆ ਜੀ ਸਾਰੇ, ਠੀਕ ਹੈ ਜੀ ਜੀ ਜੀ। ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਜੀ ਜੀ ਜੀ। ਜੇ ਮੈਂ ਇਸ ਤਰ੍ਹਾਂ ਦਾ ਕੋਈ ਹੋਰ ਵੀ ਪਸ਼ੂ ਮਾਲਾ ਜੀ ਹੋਰ ਖਰਾਬ ਹੈਗਾ ਜੀ ਜੀ ਜੀ, ਤਾਂ ਡਾਕਟਰ ਗੁਰਮੀਤ ਸਿੰਘ ਨਾਲ ਕੋਟਵਾਸਤੂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਜੀ ਜੀ। ਬਹੁਤ ਵਧੀਆ ਆਪਣੇ ਪਸ਼ੂਆਂ ਦਾ ਟ੍ਰੀਟਮੈਂਟ ਕੀਤਾ ਜੀ ਜੀ ਜੀ। ਹਾਂਜੀ ਠੀਕ ਹੈ ਜੀ, ਧੰਨਵਾਦ ਬਾਈ ਜੀ, ਠੀਕ ਹੈ।